ਅਜੈਬ ਸਿੰਘ ਜੀ ਗੁਰਜੰਟ ਸਿੰਘ ਮੁੰਡਾ ਮੇਰਾ ਜੀ ਪੋਤਾ ਇਹ ਜਰਦੇ ਨੀ ਜੀ ਲੋਕ ਖਾਣ ਵੇਨ ਨੂੰ ਤੇ ਕੋਈ ਪਤਾ ਨਹੀਂ ਲੱਗਾ ਗੋਲੀਆਂ ਮਾਰੀਆਂ ਤੁਹਾਡੇ ਸਾਹਮਣੇ ਪੁਲਿਸ ਜਿਹੜੇ ਗੈਂਗਸਟਰਾਂ ਨੂੰ ਗੱਡੀਆਂ ਦੇ ਸਹੂਲਤ ਕਾਢ ਰਹੀ ਆ ਜਿਹੜੇ ਗੈਂਗਸਟਰਾਂ ਦੇ ਮਾਂ ਪਿਓ ਨੂੰ ਸਹੂਲਤ ਦੇ ਰਹੀ ਆ ਗੱਡੀਆਂ ਦੇ ਰਹੇ ਉਹਨਾਂ ਨੂੰ ਗਨਮੈਨ ਦੇ ਰਹੇ ਤੇ ਜਿਨ੍ਹਾਂ ਦਾ ਮਰਦਾ ਵਾ ਉਹ ਸੜਕਾਂ ਦੇ ਧੱਕੇ ਖਾਣ ਡਿਆ ਮੇਰਾ ਕੱਪੜੇ ਦਾ ਕੰਮ ਸੀ ਜੀ ਮੁੰਡਾ ਟਾਟਾ ਆਪਣਾ ਹੋਟਲ ਆ ਉੱਥੋਂ ਆਇਆ ਸੀ ਚਾਰ ਪੰਜ ਦਿਨ ਲਈ ਕੰਮ ਕਰਨਾ ਪਾਸਪੋਰਟ ਗਲਤੀ ਪਾਸਪੋਰਟ ਠੀਕ ਕਰਾਉਣ ਆਇਆ ਪੰਜ ਸੱਤ ਦਿਨ ਲਈ ਤੇ ਕੱਪੜੇ ਅੱਜ ਠੀਕ ਆਉਣ ਡਿਆ ਤੇ ਕੱਪੜੇ ਵੇਹਦੇ ਵੇਹਦਾ ਉਹਨਾਂ ਗੋਲੀਆਂ ਮਾਰੀਆਂ ਜੀ ਹਾਂਜੀ ਬੰਦੇ ਪਛਾਣ 'ਚ ਪੁਲਿਸ ਨੂੰ ਆ ਗਿਆ ਨਹੀਂ ਆਪਣੇ ਪਛਾਣ 'ਚ ਨਹੀਂ ਜੀ ਦੋ ਜੀ ਮੋਟਰਸਾਈਕਲ 'ਤੇ ਆਏ ਗੋਲੀਆਂ ਤੇ 15-16 ਚੱਲੀਆਂ ਨਹੀਂ ਦੋ ਜੀ ਇੱਕ ਨਿੱਕਾ ਕਨੇਡਾ ਜੀ ਪੁਲਿਸ ਕੋਲ ਤਾਂ ਕੋਈ ਇਨਸਾਫ ਨਹੀਂ ਮਿਲਣਾ ਪੰਜਾਬ ਪੁਲਿਸ ਕੋਲ ਤੁਸੀਂ ਵੇਹਦੇ ਹੀ ਆ ਪੁਲਿਸ ਕੋਲ ਤਾਂ ਕੋਈ ਇਨਸਾਫ ਨਹੀਂ ਹੈਗਾ ਕਿਉਂ ਪੁਲਿਸ ਦੇ ਜਿਹੜੀਆਂ ਗੱਡੀਆਂ ਦੇ ਗਾਰਡ ਉਹਨਾਂ ਨੇ ਦਿੱਤੇ ਆ ਜਿਹੜੇ ਗੈਂਗਸਟਰ ਮੁੰਡੇ ਮਾਰਦੇ ਪੰਜਾਬ ਦੇ ਤੇ ਜਿਹੜੇ ਜਿਹਨਾਂ ਦਾ ਇੱਥੇ ਸ਼ਰਾਬ ਦੀ ਬੋਤਲ ਦਾ ਭਗੌੜਾ ਉਹਦਾ ਮਾਂ ਪਿਓ ਚੁੱਕ ਲੈਂਦਾ ਜੇ ਤਾਂ ਭੱਠੀ ਦਾ ਕੇਸ ਉਹਦੇ ਉਹਦਾ ਮਾਂ ਪਿਓ ਭੈਣਾਂ ਚੁੱਕ ਲੈਂਦੇ ਆ ਤੇ ਉਹਨਾਂ ਦਾ ਮਾਂ ਪਿਓ ਨਜ਼ਾਰੇ ਲੈਂਦਾ ਉਹਦਾ ਮਾਂ ਪਿਓ ਨਹੀਂ ਫੜਦੇ ਪੁਲਿਸ ਉਹਨਾਂ ਦਾ ਮਾਂ ਪਿਓ ਨਹੀਂ ਫੜਦੇ ਭੱਠੀ ਵਾਲੇ ਦੀ ਬੋਤਲ ਇਹਨੂੰ ਪੁਲਿਸ ਫੜ ਲੈਂਦੀ ਆ ਤੇ ਗੈਂਗਸਟਰਾਂ ਦਾ ਮਾਂ ਪਿਓ ਨਜ਼ਾਰੇ ਲੈਣ ਡਿਆ ਤੇ ਸ਼ਰਾਬ ਵਾਲੇ ਜੇ ਸ਼ਰਾਬ 'ਚ ਬੰਦਾ ਭਗੌੜਾ ਉਹਦਾ ਮਾਂ ਪਿਓ ਭੈਣ ਭਰਾ ਪੁਲਿਸ ਚੁੱਕ ਲੈਂਦੀ ਆ ਵੀ ਪੇਸ਼ ਕਰਾਓ ਉਹਦੀ ਬੋਤਲ ਦਾ ਕੇਸ ਆ ਇਹਦਾ ਚਾਰ ਬੋਤਲਾਂ ਦਾ ਕੇਸ ਆ ਪੂਰੀ ਹੈਗੀ ਆ ਜੀ ਜੋ ਉਹਦਾ ਮਾਂ ਪਿਓ ਨਜ਼ਾਰੇ ਲੈਣ ਡਿਆ ਪੰਜਾਬ 'ਚ ਉਹ ਜੋਗੀ ਸਰਕਾਰ ਚੰਗੀ ਆ ਜਿਹੜੇ ਘਰ ਢਾਈ ਜਾਂਦਾ ਘਰ ਬਰਬਾਦ ਕਰਨ ਡਿਆ ਢਾਉਣ ਇਹਨਾਂ ਦੇ ਘਰ ਜ਼ਮੀਨਾਂ ਦੇ ਕਬਜ਼ੇ ਕਰਨ ਇਹਨਾਂ ਦੇ ਇਹਨਾਂ ਜ਼ਮੀਨਾਂ ਦੇ ਕਬਜ਼ੇ ਕਰਨ ਘਰ ਢਾਉਣ ਇਹਨਾਂ ਦੇ ਆਪੇ ਸੁਧਰਨ ਇਹ ਜੀ ਇਲਾਕਾ ਦੇ ਪੈਂਦਾ ਵਾ ਦੀਨਪੁਰ ਦਾ ਤੇ ਉਹ ਜਿਹੜਾ ਮੁੰਡਾ ਸੀ ਉਹ ਸਾਡੇ ਪਿੰਡ ਰਸੂਲਪੁਰ ਦਾ ਸੀ ਅੱਛਾ ਜੀ ਮੁੰਡੇ ਤੋਂ ਆਏ ਹੈਗੇ ਇੱਧਰਲੇ ਬੰਨਿਓ ਪਿਛਲੇ ਬੰਨਿਓ ਪੱਟੀ ਵਾਲੀ ਸੜਕ ਵਾਲੇ ਪਾਸਿਓ ਉਹਨਾਂ ਨੇ ਆਣ ਕੇ ਤੇ ਇੱਥੇ ਉਹਨਾਂ ਨੂੰ ਕੱਪੜਾ ਵੇਚਣ ਦੇ ਬਹਾਨੇ ਨਾਲ ਆਏ ਆ ਆਹ ਵਿਖਾਓ ਉਹ ਵਿਖਾਓ ਜਦੋਂ ਉਹਨੇ ਆਖਣ ਲੱਗੇ ਇਹ ਨਹੀਂ ਹੋਰ ਵਿਖਾਓ ਉਹ ਪਿੱਛਾ ਭੋਂ ਕੇ ਦੂਜਾ ਕੱਪੜਾ ਲੈਣ ਗਿਆ ਤੇ ਉਹਨੇ ਜਦੋਂ ਉਹਨਾਂ ਨੇ ਗੋਲੀਆਂ ਠੋਕੀਆਂ ਉਹਨੇ ਮੁੜ ਕੇ ਉਹ ਡਿੱਗ ਪਿਆ ਤੇ ਡਿੱਗੇ ਨੂੰ ਉਹ ਗੋਲੀਆਂ ਜਿਹੜੀਆਂ ਮੁੜ ਕੇ ਮਾਰੀ ਗਏ ਆ ਜਿੰਨੀਆਂ ਗੋਲੀਆਂ ਵੱਜੀਆਂ ਮੁੜ ਕੇ ਉਹ ਡਿੱਗੇ ਦੇ ਮਾਰ ਕੇ ਅੱਛਾ ਕਿੰਨੇ ਵਜੇ ਦੀ ਘਟਨਾ ਜੀ ਇਹ ਕੋਈ 4:30 ਦੀ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਵੱਲੋਂ ਕੀ ਮੰਗ ਕਰਦੇ ਪਰਿਵਾਰ ਪ੍ਰਤੀ ਕੀ ਮੰਗ ਕਰਦੇ ਪ੍ਰਸ਼ਾਸਨ ਵੱਲੋਂ ਨਹੀਂ ਕੋਈ ਮੰਗ ਨਹੀਂ ਪਰਿਵਾਰ ਨੇ ਤੇ ਉਹ ਚਾਹੁੰਦੇ ਆ ਜੀ ਉਹਨੇ ਪੈਸਾ ਜੋ ਵੀ ਆਏ ਆ ਇਨਸਾਫ ਮਿਲਣਾ ਚਾਹੀਦਾ ਵਾ ਬਿਲਕੁਲ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਆ ਰੋਜ਼ ਦੀ ਰੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਵਾਰਦਾਤ ਹੁੰਦੀ ਰਹਿੰਦੀ ਆ ਇਹ ਗੁਰਜੰਟ ਸਿੰਘ ਗਰ ਸੂਲਪੁਰ ਦਾ ਇੱਥੇ ਰੈਡੀਮੇਡ ਦੁਕਾਨ ਕਰਦਾ ਕੌਣ ਪਛਾ ਤੇ ਦੋ ਆਦਮੀ ਆਏ ਜਿਹੜੇ ਇਹਨੂੰ ਬਹਾਨਾ ਬਣਾ ਕੇ ਵੀ ਅਸੀਂ ਸ਼ਾਪਿੰਗ ਕਰਨੀ ਪੈਂਟਾਂ ਖਰੀਦਣੀ ਆ ਅਤੇ ਫਾਇਰਿੰਗ ਕਰਕੇ ਇਹਦੇ ਗੋਲੀਆਂ ਮਾਰ ਕੇ ਚਲੇ ਗਏ ਇਹਨਾਂ ਦੀ ਡੈਥ ਹੋ ਗਈ ਹਾਂ ਸੀ ਸੀ ਟੀ ਵੀ ਚੈੱਕ ਕਰ ਰਹੇ ਹਾਂ ਅਤੇ ਖੋਜੂਗਾ ਕਲੀਅਰ ਹੋ ਜਾਵੇਗਾ ਹਾਂ ਕਾਨੂੰਨੀ ਕਾਰਵਾਈ ਕਰਾਂਗੇ ਬਿਆਨ ਮੁਤਾਬਕ ਪਰਚਾ ਦੇ ਕੇ ਇਨਵੈਸਟੀਗੇਟ ਕਰਾਂਗੇ ਹਾਂ ਬੰਦੇ ਦੀ ਪਤਾ ਲੱਗਾ ਡੈਥ ਹੋ ਗਈ ਹਾਂ ਰੰਜਿਸ਼ ਵਾਲੀ ਗੱਲ ਹੀ ਸਾਹਮਣੇ ਆ ਰਹੀ ਹੈ ਕੋਈ ਪੁਰਾਣੀ ਰੰਜਿਸ਼ ਲੱਗਦੀ ਹੈ ਉਹ ਕਲੀਅਰ ਹੋ ਜਾਵੇਗੀ ਥੋੜ੍ਹੀ ਦੇਰ